गुरदासपुर जिले की पुलिस के वलों नशियां के विरुद्ध मुहिम शुरू की गई है। इस दे तहत नाके दे दौरान बबरी बाईपास दे नेड़े दो व्यक्तियों 70 ग्राम हीरोइन समेत काबू किया गया। जानकारी दे मुताबक पुलिस पार्टी ने बबरी बाईपास नेड़े नाका लगाया हुआ सी, जिस दौरान एक शक्की व्यक्ति मोटरसाइकिल ते आउंदा दिखाई दिता। जद उस नूं रोक के पुछगिछ की गई तो उसने कबूल किया है कि बटाला दे कोल पंजाब सिंह दा पुत्र जतिंदर सिंह इटली दे नेड़ले ऑस्ट्रिया तो अपने जानकार तो भारत च हैरोइन तस्करां नूं फोन करके सप्लाई करवाउंदा सी। पुलिस ने काबू किए व्यक्तियों अते बाहर बैठे व्यक्ति के खिलाफ परचा दर्ज कर लिया अते बाकियां दी पुछगिछ वी जारी है। दस्सिया जा रहा है कि पंजाब सिंह अपने पुत्र दे कहण ते इस काम च गया सी। इस मामले च सारे दोषियों का पता लगाया जा रहा है। पुलिस ने दस्सिया है कि गुरजंट सिंह के खिलाफ पहला भी NDPC एक्ट के तहत दो मुकदमे दर्ज ने। SSP साहब श्री दीपक लोहरी जी के दिशा निर्देशों के अनुसार नशियां के खिलाफ पूरे गुरदासपुर पुलिस वालों काफ़ी वड्डी मुहिम चलाई गई है और इस दे तहत कल CA स्टाफ नूं तो बड़ी वड्डी कामयाबी मिली जदों ASI नरिंदर सिंह और CIA की पार्टी ने उत्थे नाका लगाया होया सी। दौराने नाका जिहड़ा वा ये जिहड़ा नाका है बबरी बाईपास बबरी रोड के उत्ते लगाया गया सी, जिहड़ा उत्थे क्रिस्टल फार्म के लगे। ਜਦੋਂ ਇਹਨਾਂ ਨੂੰ ਇੱਕ ਸ਼ੱਕੀ ਮੋਟਰਸਾਈਕਲ ਆਉਂਦਾ ਦਿਖਾਈ ਦਿੱਤਾ, ਜਦੋਂ ਇਹਨੂੰ ਰੋਕਿਆ ਤਾਂ ਉਹਨੇ ਆਪਣੇ ਸਮਾਨ ਨੂੰ ਜਿਬੇ 'ਚ ਪਏ ਸਮਾਨ ਨੂੰ ਸੁੱਟਣ ਦੀ ਕੋਸ਼ਿਸ਼ ਕੀਤੀ। ਇਹਨਾਂ ਨੂੰ ਪੁੱਛਗਿੱਛ ਜਦੋਂ ਕੀਤੀ ਗਈ, ਇਹਨਾਂ ਨੇ ਆਪਣਾ ਨਾਂ, ਇੱਕ ਨੇ ਆਪਣਾ ਨਾਂ ਗੁਰਜੰਟ ਸਿੰਘ ਵਾਸੀ ਪਿੰਡ ਪੈਂਦਾ ਜੇ ਪੱਟੀ ਕੇ ਤਰਸੀਕੇ ਦੇ ਵਿੱਚ ਇਲੀਅਸ ਜੰਟਾ ਇਹਦਾ ਨਾਂ ਵਾ। ਇਹਦੇ 'ਤੇ ਕਾਫ਼ੀ ਅੱਗੇ ਵੀ ਦੋ ਮੁਕਦਮੇ ਜਿਹੜੇ NDPC ਐਕਟ ਦੇ ਦਰਜ ਆ, ਔਰ ਇਹਦੇ ਨਾਲ ਇੱਕ ਪੰਜਾਬ ਸਿੰਘ ਪੁੱਤਰ ਚੈਨ ਸਿੰਘ ਵਾਸੀ ਛਿਆਟਾ, ਇਹਨਾਂ ਕੋਲੋਂ ਜਦੋਂ IO ਨੂੰ ਮੌਕੇ 'ਤੇ ਬੁਲਾਇਆ ਗਿਆ ਅਤੇ ਇਹਨਾਂ ਕੋਲੋਂ 70 ਗ੍ਰਾਮ ਹੈਰੋਇਨ ਜਿਹੜੀ ਆ ਉਹ ਬਰਾਮਦ ਹੋਈ ਹੈ। ਔਰ ਜਿਹੜਾ ਗੁਰਜੰਟ ਸਿੰਘ ਆ ਇਹਨੇ ਮੁੱਢਲੀ ਪੁੱਛਗਿੱਛ 'ਚ ਅਜੇ ਦੱਸਿਆ ਵੀ ਬਟਾਲੇ ਦੇ ਲਾਗੇ ਮੈਨੂੰ ਜਤਿੰਦਰ ਸਿੰਘ ਆ, ਇਹ ਜਿਹੜਾ ਪੰਜਾਬ ਸਿੰਘ ਇਹਦਾ ਬੇਟਾ ਜਤਿੰਦਰ ਸਿੰਘ ਆ, ਇਹ ਬਾਹਰੋਂ ਫੋਨ ਉਹਨਾਂ ਨੂੰ ਕਰਦਾ ਆਸਟ੍ਰੇਲੀਆ ਤੋਂ, ਜਿਹੜਾ ਆਸਟ੍ਰੇਲੀਆ ਇਟਲੀ ਦੇ ਲਾਗੇ ਆ, ਉੱਥੋਂ ਫੋਨ ਕਰਕੇ ਅਤੇ ਉੱਥੋਂ ਹੈਂਡਲਿੰਗ ਕਰਾ ਰਿਹਾ ਸੀ। ਇਹਦੇ ਕੋਲ ਕਦੀ 50 ਗ੍ਰਾਮ, ਕਦੀ 100 ਗ੍ਰਾਮ, ਕਦੀ 30 ਗ੍ਰਾਮ, ਕਦੀ 20 ਗ੍ਰਾਮ, ਉੱਥੋਂ ਫੋਨ ਕਰਦਾ ਸੀ। ਫਿਰ ਇਹਨੂੰ ਕਹਿੰਦਾ ਸੀ ਵੀ ਫਲਾਣੀ ਜਗ੍ਹਾ ਜਾ ਕੇ ਰੁਕ ਜਾ, ਫਿਰ ਉੱਥੋਂ ਬੰਦਾ ਆਣ ਕੇ ਜਾਈ ਜਾਂਦਾ ਸੀ। ਫਿਰ ਅੱਗੋਂ ਡਿਲੀਵਰੀ ਵਾਲੇ ਦਾ ਨਾਂ ਦੱਸਦਾ ਸੀ ਵੀ ਉਹਦੇ ਕੋਲ ਲੈ ਕੇ, ਅਤੇ ਜਿਹੜੇ ਮੇਰੇ ਪਹਿਲੀਆਂ ਜਿੰਨੀਆਂ ਡਿਲੀਵਰੀਆਂ ਆਈਆਂ ਉਹ ਆਪਣੇ ਫਾਦਰ ਨੂੰ ਜਿਹੜਾ ਉਹ ਪੈਸੇ ਪਹੁੰਚਾਉਂਦਾ ਸੀ। ਅਤੇ ਇਸ ਵਾਰੀ ਇਹ ਜਿਹੜਾ ਗੁਰਜੰਟ ਦਾ ਫਾਦਰ ਆ ਪੰਜਾਬ ਸਿੰਘ, ਇਹ ਮੌਕੇ 'ਤੇ ਹੀ ਇਹਦੇ ਨਾਲ ਹੀ ਕਾਬੂ ਆ ਗਿਆ। ਇਹਨਾਂ ਨੇ ਮਾਲ ਜਿਹੜਾ ਉਹ ਡਿਲੀਵਰ ਤਾਂ ਕਰਤਾ, ਜੇ ਪੈਸੇ ਲੈਣੇ ਬਾਕੀ ਸੀ ਅਤੇ ਉਦੋਂ ਇਸ ਕਰਕੇ ਜਿਹੜਾ ਇਹ ਫੜੇ ਗਏ ਨੇ। ਔਰ ਇਹਨਾਂ ਦਾ ਅਗਾਂਹ ਪੁੱਛਗਿੱਛ ਜਾਰੀ ਆ। ਬੈਕਵਰਡ ਅਤੇ ਫਾਰਵਰਡ ਲਿੰਕੇਜ ਦੇ ਵਿੱਚ ਜਿਹੜੇ ਜਿਨ੍ਹਾਂ ਜਿਨ੍ਹਾਂ ਦੇ ਵੀ ਨਾਂ ਆਉਣਗੇ ਉਹਨਾਂ ਨੂੰ ਵੀ ਨਾਮਜ਼ਦ ਕੀਤਾ ਜਾਵੇਗਾ। ਜਿਹੜਾ ਜਤਿੰਦਰ ਸਿੰਘ ਆ ਪੰਜਾਬ ਸਿੰਘ ਦਾ ਮੁੰਡਾ ਜਿਹੜਾ ਇਸ ਵੇਲੇ ਬਾਹਰ ਰਹਿ ਰਿਹਾ, ਇਹਨੂੰ ਵੀ ਨਾਮਜ਼ਦ ਕਰਕੇ ਇਹਦੀ ਵੀ LOC ਜਾਰੀ ਕਰਾਈ ਜਾਏਗੀ ਜਦੋਂ ਵੀ ਇੰਡੀਆ ਆਏਗੀ ਇਹਦੀ ਗ੍ਰਿਫਤਾਰੀ ਪਾਈ ਜਾਏਗੀ। ਲਿਵਿੰਗ ਇੰਡੀਆ ਨਿਊਜ਼ ਦੇ ਲਈ ਗੁਰਦਾਸਪੁਰ ਤੋਂ ਭੋਪਾਲ ਸਿੰਘ ਦੀ ਰਿਪੋਰਟ।